ਅੱਜ ਦੀ ਇਸ ਸਭਾ ਵਿੱਚ ਮੰਚ 'ਤੇ ਬੈਠੇ ਪ੍ਰਧਾਨਗੀ ਮੰਡਲ ਔਰ ਪੰਡਾਲ ਵਿੱਚ ਬੈਠੇ ਬੁੱਧੀਜੀਵੀ ਸਾਥੀਓ, ਕਿਉਂਕਿ ਇਹ ਜੋ ਕਿਤਾਬ ਪਬਲਿਸ਼ ਹੋ ਕੇ ਤੁਹਾਡੇ ਹੱਥਾਂ ਵਿੱਚ ਆਈ ਹੈ, ਇਹਨੂੰ ਜਾਣਨ ਵਾਸਤੇ, ਕਿਉਂਕਿ ਜਿਹੜੇ ਕੌਮ ਲਿਟਰੇਚਰ ਦਾ ਕਦਰ ਨਹੀਂ ਕਰਦੀ ਉਹ ਕਦੀ ਜੀਵਨ ਵਿੱਚ ਸਫਲ ਨਹੀਂ ਹੋ ਸਕਦੀ। ਅੱਜ ਸਿੱਖ ਕੌਮ ਅਗਰ ਸਫਲ ਹੈ ਕਿਉਂਕਿ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਲਿਟਰੇਚਰ ਹੈ, ਸਾਡੇ ਵਾਸਤੇ ਡਾਇਰੈਕਸ਼ਨ ਹੈ, ਦਿਸ਼ਾ ਹੈ। ਜਦੋਂ ਅਸੀਂ ਭਟਕਦੇ ਹਾਂ ਤਾਂ ਸਾਨੂੰ ਉਹ ਡਾਇਰੈਕਸ਼ਨ ਸੈਂਟਰ ਸੁਚੇਤ ਕਰ ਦਿੰਦਾ, ਹੁਣ ਤੁਸੀਂ ਰਸਤੇ ਤੋਂ ਭਟਕ ਗਏ। ਕਿਉਂਕਿ ਇਹ ਜੋ ਪੁਸਤਕ ਲਿਖੀ ਹੈ, ਇਸ ਪੁਸਤਕ ਲਿਖਣ ਦੇ ਪਿੱਛੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 40 ਵੋਲੀਅਮ ਹਨ ਜੋ ਮਹਾਰਾਸ਼ਟਰ ਗਵਰਨਮੈਂਟ ਨੇ ਪਹਿਲਾਂ ਅੰਗਰੇਜ਼ੀ ਵਿੱਚ ਪਬਲਿਸ਼ ਕੀਤੇ, ਉਹ ਤੋਂ ਬਾਅਦ ਮਰਾਠੀ ਭਾਸ਼ਾ ਦੇ ਵਿੱਚ ਪਬਲਿਸ਼ ਕੀਤੇ। ਔਰ ਜੋ ਇੱਥੇ ਸਾਡੇ ਬੁੱਧੀਜੀਵੀ ਸਾਥੀ ਬੋਲ ਕੇ ਗਏ ਆ, ਉਹ ਸਿਰਫ 1945 ਦੇ ਵਿੱਚ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕਿਤਾਬ ਇੱਕ, ਵਟ ਗਾਂਧੀ ਐਂਡ ਕਾਂਗਰਸ ਡਿਡ ਫਾਰ ਦਾ ਅਨਟਚੇਬਲ, ਸਿਰਫ ਉਹਦੇ ਦੁਆਲੇ ਹੀ ਘੁੰਮਦੇ। ਉਸ ਤੋਂ ਇਲਾਵਾ ਜਿਹੜੇ 39 ਵੋਲੀਅਮ ਹੋਰ ਹੈ ਉਹਦੇ ਬਾਰੇ ਜਾਣਕਾਰੀ ਨਹੀਂ। 1991 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 100 ਸਾਲਾ ਫਸਟ ਡੇ ਜਦੋਂ ਮਨਾਇਆ, ਉਸ ਵੇਲੇ 10 ਕਰੋੜ ਰੁਪਏ ਦੇ ਨਾਲ ਇੱਕ ਅੰਬੇਡਕਰ ਇੰਸਟੀਚਿਊਟ ਬਣਾਇਆ ਸੀ ਦਿੱਲੀ ਦੇ ਵਿੱਚ, ਉਹਨਾਂ ਦਾ ਲਿਟਰੇਚਰ ਛਾਪਣ ਵਾਸਤੇ। ਔਰ ਉਹ ਲਿਟਰੇਚਰ ਛਾਪਣ ਵਾਸਤੇ ਪੰਜਾਬ ਗਵਰਨਮੈਂਟ ਨੇ ਕਿਹਾ ਸੀ ਅਸੀਂ ਸਾਰੇ ਵੋਲੀਅਮ ਪੰਜਾਬੀ ਵਿੱਚ ਛਾਪਾਂਗੇ। ਅੱਜ ਤੱਕ ਸਿਰਫ 4 ਵੋਲੀਅਮ ਪੰਜਾਬੀ ਵਿੱਚ ਛਾਪ ਸਕੇ ਆ। ਔਰ ਉਹ ਅੰਬੇਡਕਰ ਇੰਸਟੀਚਿਊਟ ਕੋਲ ਜੋ 10 ਕਰੋੜ ਰੁਪਇਆ ਸੀ ਉਸ ਵੇਲੇ, ਉਹ ਅੱਜ 168 ਕਰੋੜ ਰੁਪਇਆ ਹੋਇਆ ਹੈ, ਲਿਟਰੇਚਰ ਨਹੀਂ ਛਾਪਿਆ ਜਾ ਰਿਹਾ। ਕਿਉਂਕਿ ਜਿਸ ਵੇਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵੋਲੀਅਮ 6ਵਾਂ ਜੋ ਹੈ, ਜਿਹੜਾ ਰਿਲੀਜਨ ਹਿੰਦੂਇਜ਼ਮ, ਉਹ ਛਪ ਕੇ ਬਾਹਰ ਆਇਆ ਸੀ ਤਾਂ ਜਲੰਧਰ ਤੋਂ ਐਡੀਟੋਰੀਅਲ ਜੋ ਨਿਕਲਿਆ ਇੱਕ ਪੰਜਾਬੀ ਦੇ ਪੇਪਰ ਦਾ, ਉਹਦੇ ਵਿੱਚ ਆਇਆ ਸੀ ਡਾਕਟਰ ਅੰਬੇਡਕਰ ਡੈਡ ਇਜ਼ ਮੋਰ ਡੇਂਜਰਸ ਦੈਨ ਅ ਲਾਈਫ, ਜਿਉਂਦੇ ਅੰਬੇਡਕਰ ਨਾਲੋਂ ਮਰਿਆ ਅੰਬੇਡਕਰ ਜ਼ਿਆਦਾ ਖਤਰਨਾਕ ਹੈ। ਕਿਉਂਕਿ ਅਗਰ ਇਹ ਗੱਲ ਜੋ ਇਹ ਵੋਲੀਅਮ ਵਿੱਚ ਲਿਖੀ ਹੋਈ ਹੈ, ਅਗਰ ਉਹ ਜਿੰਦਾ ਲਿਖਦਾ ਤਾਂ ਉਸੇ ਵੇਲੇ ਮਾਰ ਦਿੰਦੇ ਉਹਨੂੰ, ਲੇਕਿਨ ਇਹ ਲਿਟਰੇਚਰ ਨੂੰ ਅਸੀਂ ਕੁਛ ਨਹੀਂ ਕਰ ਸਕਦੇ। ਔਰ ਉਹਦੇ ਵਾਸਤੇ ਬਹੁਤ ਜ਼ਿਆਦਾ ਤਸੱਦਦ ਹੋਇਆ, ਉਹ ਲਿਟਰੇਚਰ ਛਾਪਣ ਵਾਸਤੇ ਮਹਾਰਾਸ਼ਟਰ ਦੇ ਵਿੱਚ ਵੀ ਬਹੁਤ ਪ੍ਰੋਬਲਮ ਆਈ। ਔਰ ਅਸੀਂ ਮਹਾਰਾਸ਼ਟਰ ਦੇ ਵਿੱਚ ਜੋ ਮਰਾਠਾ ਮਹਾਂਸੰਘ, ਉਹਨੂੰ ਵੀ ਵਿਰੋਧ ਕੀਤਾ, ਇਹ ਲਿਟਰੇਚਰ ਨੂੰ ਬੰਦ ਕਰੋ। ਲੇਕਿਨ ਮਰਾਠਾ ਮਹਾਂਸੰਘ ਦੇ ਜੋ ਸ਼ਸ਼ੀਕਾਂਤ ਪਵਾਰ ਸੀ, ਉਹਨਾਂ ਦੇ ਨਾਲ ਵਾਰਤਾਲਾਪ ਹੋਈ ਇਸੇ ਤਰ੍ਹਾਂ ਸੰਮੇਲਨ ਦੇ ਵਿੱਚ, ਉਹਨੂੰ ਕਿਹਾ ਵੀ ਤੂੰ ਰਮਾਇਣ ਪੜ੍ਹੀ ਹੈ, ਇਹਦੇ ਵਿੱਚ ਰਿਡਲਜ਼ ਔਰ ਰਮਾਇਣ ਵੀ ਲਿਖੀ ਹੈ, ਰਿਡਲਜ਼ ਔਰ ਮਹਾਂਭਾਰਤ ਵੀ ਲਿਖੀ ਹੈ। ਉਹ ਕਹਿੰਦਾ ਮੈਂ ਤਾਂ ਪੜ੍ਹੀ ਨਹੀਂ,
ਉਹਨੂੰ ਕਿਹਾ ਪੜ੍ਹ ਲਾ। ਪੜ੍ਹਨ ਤੋਂ ਬਾਅਦ ਇੱਕ ਮਹੀਨੇ ਬਾਅਦ ਫਿਰ ਇਸੇ ਥਾਂ ਤੇ ਪੂਨਾ ਦੇ ਵਿੱਚ ਅਸੀਂ ਸੰਮੇਲਨ ਕਰਾਂਗੇ, ਜੋ ਕੁਝ ਕਹਿਣਾ ਹੋਇਆ ਕਹਿਣਾ। ਇੱਕ ਮਹੀਨਾ ਸਟੱਡੀ ਕਰਨ ਤੋਂ ਬਾਅਦ ਰਮਾਇਣ, ਉਹ ਤੋਂ ਬਾਅਦ ਸਟੇਜ 'ਤੇ ਫਿਰ ਆਇਆ ਉਹ, ਔਰ ਆ ਕੇ ਕਹਿੰਦਾ ਜੋ ਰਿਡਲਜ਼ ਇਨ ਹਿੰਦੂਇਜ਼ਮ ਦੇ ਵਿੱਚ ਲਿਖਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾ, ਉਹਦਾ ਇੱਕ ਇੱਕ ਲਫ਼ਜ਼ ਦੇ ਨਾਲ ਮੇਰੀ ਪੂਰੀ ਸਹਿਮਤੀ ਹੈ। ਇਹ ਗੱਲ ਉਹਨਾਂ ਕੋਲੋਂ ਕਹਾਉਣੀ, ਇਹਦੇ ਵਾਸਤੇ ਜ਼ਰੂਰਤ ਰੱਖਣੀ ਪੈਂਦੀ ਹੈ। ਉਹ ਜ਼ਰੂਰਤ ਰੱਖਣ ਵਾਸਤੇ ਲਿਟਰੇਚਰ ਆਪ ਪੜ੍ਹਨਾ ਪੈਂਦਾ, ਆਪ ਸਮਝਣਾ ਪੈਂਦਾ ਉਹਨੂੰ। ਅਸੀਂ ਇੱਕ ਥੋੜ੍ਹਾ ਸਾ ਲਿਟਰੇਚਰ ਪੜ੍ਹਨ ਤੋਂ ਬਾਅਦ ਉਦੋਂ ਕਹਿੰਦੇ ਸਾਹਿਬ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪੂਰੀ ਫਿਲੋਸਫੀ ਅਸੀਂ ਸਮਝ ਗਏ ਹਾਂ। ਉਸ ਫਿਲੋਸਫੀ ਨੂੰ ਸਮਝਣਾ ਬਹੁਤ ਜਿਗਰੇ ਦੀ ਗੱਲ ਹੈ, ਕਿਉਂਕਿ ਉਹਨੂੰ ਸਮਝਣ ਵਾਸਤੇ ਸਾਨੂੰ ਅਸੀਂ ਇੱਕ ਇੱਕ ਪੁਸਤਕ ਦੇ ਵਿੱਚ ਉਲਝ ਗਏ, ਕਿਉਂਕਿ ਸਾਡੇ ਇੱਕ ਸਪੀਕਰ ਸਾਹਿਬਾਨ ਜਦੋਂ ਬੋਲ ਰਹੇ ਸੀ ਅਤਿੰਦਰਪਾਲ ਜੀ, ਉਸ ਵੇਲੇ ਉੱਥੋਂ ਕੁਝ ਸਾਥੀ ਬੋਲ ਰਹੇ ਸੀ ਕਿ ਨਹੀਂ ਐਸਾ ਨਹੀਂ ਹੈ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜੋ ਕੁਝ ਲਿਖਿਆ ਹੈ ਉਹਦੇ ਵਿੱਚੋਂ ਕੁਝ ਹਿੱਸਾ ਜੋ ਰੈਫਰੈਂਸ ਤੌਰ 'ਤੇ ਮੱਲ ਸਿੰਘ ਜੀ ਦੇ ਕੋਲ ਆਇਆ, ਉਹਨਾਂ ਉਹਦੇ ਵਿੱਚ ਅੰਕਿਤ ਕਰ ਦਿੱਤਾ। ਲੇਕਿਨ ਉਹਦੇ ਨਾਲ ਨਾਲ ਸਿੱਖ ਜਗਤ ਵੱਲੋਂ ਔਰ ਜੋ ਵਿਰੋਧਤਾਰੀਆਂ ਹੋਈਆਂ ਉਹਨਾਂ ਨੂੰ ਹਾਲੋ ਕੋਈ ਨਹੀਂ ਜਾਣਦਾ। ਮੈਂ ਸਿੱਖ ਬਾਈ ਬਰਥ ਨਹੀਂ ਹਾਂ, ਮੈਂ 1963 ਦੇ ਵਿੱਚ ਜੁਆਇਨ ਕੀਤੀ ਸੀ ਫੈਕਟਰੀ HMT ਪੰਜੌਰ, ਔਰ 1979 ਦੇ ਵਿੱਚ ਜਦੋਂ ਸਾਡੀ ਨਾਗਪੁਰ ਦੇ ਵਿੱਚ ਕਨਵੈਨਸ਼ਨ ਸੀ ਅਤੇ ਨਾਗਪੁਰ ਤੋਂ ਪੈਰੀਅਰ ਇਕੁਅਲ ਰਾਈਟ ਮਿਸ਼ਨ ਦਾ ਜੋ ਪ੍ਰੈਜੀਡੈਂਟ ਸੀ ਉਸ ਵੇਲੇ ਅਨਾਏ ਮੁੱਤੂ, ਉਹ ਇੱਕ ਸਪੀਕਰ ਗੈਸਟ ਸਪੀਕਰ ਦੇ ਤੌਰ 'ਤੇ ਬੁਲਾਇਆ ਸੀ। ਜਦੋਂ ਕਾਂਸ਼ੀ ਰਾਮ ਨੇ ਮੈਨੂੰ ਇੰਟਰੋਡਿਊਸ ਕਰਾਇਆ ਉਹਦੇ ਨਾਲ ਕਿ ਤੇਜਿੰਦਰ ਸਿੰਘ ਆ ਪੰਜਾਬ ਦੇ ਵਿੱਚ ਵਾਪਸ ਦਾ ਕਾਰੋਬਾਰ ਦੇਖਦਾ ਹੈ, ਅਤੇ ਉਹ ਮੈਨੂੰ ਕਹਿੰਦਾ ਸਰਦਾਰ ਜੀ ਵਾਟ ਇਜ਼ ਦਾ ਮੀਨਿੰਗ ਆਫ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਦਾ ਕਿਆ ਅਰਥ ਹੈ? ਤਾਂ ਉਹਨੂੰ ਮੈਂ ਦੱਸਿਆ ਸਤਿ ਸ਼੍ਰੀ ਅਕਾਲ ਦਾ ਮਤਲਬ ਸਤ ਰਿਐਲਿਟੀ ਸੱਚ, ਸ਼੍ਰੀ ਰਿਸਪੈਕਟਫੁੱਲ ਵਰਡ ਹਰ ਇੱਕ ਵਾਸਤੇ ਯੂਜ ਕਰਦੇ, ਅਕਾਲ ਜੋ ਮਰਦਾ ਨਹੀਂ, ਹੁ ਨੈਵਰ ਡਾਈਜ਼, ਹੀ ਇਜ਼ ਆਲਵੇਜ਼ ਅਵੇਲੇਬਲ। ਉਹ ਕਹਿੰਦਾ ਹਮੇ ਤੋ ਉਧਰ ਬਤਾਇਆ ਗਿਆ ਹੈ ਤਮਿਲਨਾਡੂ ਮੇ ਏਕ ਸਿੱਖ ਸਾਤ ਮੁਸਲਮਾਨੋ ਕੋ ਸਿਰ ਕਾਟੇ, ਇਸ ਲਈ ਸਤਿ ਸ਼੍ਰੀ ਅਕਾਲ ਕਹਿੰਦੇ। ਅਭੀ ਜੇ ਇੱਧਰ ਦਾ ਜੋ ਸਿੱਖ ਜਾਗਤ ਹੈ ਉਹ ਕਿਆ ਤਮਿਲਨਾਡੂ ਤੱਕ ਨਹੀਂ ਜਾ ਸਕਿਆ, ਉਹਦੇ ਮੀਨਿੰਗ ਕੀ ਹੈ? ਅੱਜ ਸਿੱਖੀ ਦਾ ਪ੍ਰਚਾਰ ਪ੍ਰਸਾਰ ਉਲਟ ਪਾਸੇ ਚੱਲ ਰਿਹਾ, ਔਰ ਸਿੱਖੀ ਦੀ ਜ਼ਿੰਮੇਵਾਰੀ ਆ ਸਿੱਖੀ ਸਿੱਖ ਜਗਤ ਦੀ ਕਿ ਉਹ ਰਿਐਲਿਟੀ ਜੋ ਗੁਰੂ ਗ੍ਰੰਥ ਸਾਹਿਬ ਦੀ ਉਹ ਪਬਲਿਕ ਦੇ ਵਿੱਚ ਲਿਆਏ। ਜਿੰਨੀ ਦੇਰ ਤੱਕ ਉਹ ਪਬਲਿਕ ਵਿੱਚ ਉਹ ਰਿਐਲਿਟੀ ਨਹੀਂ ਲਿਆਉਂਦੇ, ਉਨੀ ਦੇਰ ਤੱਕ ਸਿੱਖ ਜਗਤ ਨੂੰ ਵੀ ਉਹ ਜੋ ਮਨੁਵਾਦ ਹੈ ਉਸੇ ਤਰ੍ਹਾਂ ਖਾ ਜਾਏਗਾ ਜਿੱਦਾਂ ਬਾਕੀ ਦੇਸ਼ ਤੋਂ ਸਾਲ ਖਾ ਲਿਆ। ਅੱਜ ਕਿਉਂਕਿ ਇਹ ਬੜਾ ਸੁਭਾਗਾ ਸਮਾਂ ਹੈ, ਤੁਸੀਂ ਇਕੱਠੇ ਹੋਏ ਹੋ, ਕਿਉਂਕਿ ਆਪਣੀ ਉਸਤਤ ਤਾਂ ਹਰ ਕੋਈ ਸਮਝਦਾ ਹੈ, ਬੜਾ ਮਾਣ ਸਮਝਦਾ ਹੈ ਮੇਰੀ ਉਸਤਤ ਕਹੀ। ਲੇਕਿਨ ਜਿੱਥੇ ਰਿਐਲਿਟੀ ਹੈ, ਅਸਲੀਅਤ ਹੈ, ਜਿੱਥੇ ਅਸੀਂ ਗਲਤੀਆਂ ਕੀਤੀਆਂ ਹੈ, ਉਹਨਾਂ ਗਲਤੀਆਂ ਨੂੰ ਸਮਝੇ ਤੋਂ ਬਗੈਰ ਅਸੀਂ ਸਫਲਤਾ ਨਹੀਂ ਪਾ ਸਕਦੇ, ਕਿਉਂਕਿ ਸੰਸਥਾ ਤੋਂ ਬਿਨਾਂ ਇਹ ਕੰਮ ਹੋਣੇ ਵਾਲਾ ਨਹੀਂ। ਸੰਸਥਾ ਇੱਕ ਵਿਅਕਤੀ ਵੀ ਬਣਾ ਸਕਦਾ, ਔਰ
ਫਿਰ ਵੀ ਬਣਾ ਸਕਦਾ ਹੈ ਔਰ ਬਣਾਉਣ ਤੋਂ ਬਾਅਦ ਉਹਨੂੰ ਚਲਾ ਵੀ ਸਕਦਾ ਹੈ। ਪਰ ਉਹਦੇ ਵਿੱਚ ਦੋ ਖਾਸੀਅਤਾਂ ਹੋਣੀਆਂ ਜ਼ਰੂਰੀ ਆ। ਪਹਿਲੀ ਇਹ ਕਿ ਪਿਛੋਕੜ ਦੇ ਵਿੱਚ ਜੋ ਗਲਤੀਆਂ ਹੋਈਆਂ ਉਹਨੂੰ ਉਹਨਾਂ ਨੂੰ ਛਪਾਉਣ ਦੀ ਜ਼ਰੂਰਤ ਨਾ ਹੋਵੇ, ਉਹਦੇ ਵਿੱਚ ਹਿੰਮਤ ਨਾ ਹੋਵੇ, ਉਹ ਇਹ ਹਿੰਮਤ ਰੱਖੇ ਕਿ ਜੋ ਪੁਰਾਣੀਆਂ ਗਲਤੀਆਂ ਹੋਈਆਂ ਹੈ ਉਹਨਾਂ ਗਲਤੀਆਂ ਨੂੰ ਛਪਾਉਣਾ ਨਾ ਪਏ, ਉਹ ਵਿਅਕਤੀ ਸੰਸਥਾ ਚਲਾ ਸਕਦਾ ਹੈ। ਦੂਸਰਾ, ਉਹ ਵਿਅਕਤੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਤੋਂ ਜ਼ਿਆਦਾ ਸੰਸਥਾ ਦੀ ਅਵੀਅਤ ਨੂੰ ਸਮਝੇ, ਆਪਣੀ ਖੁਦਗਰਜ਼ੀ ਨੂੰ ਛੱਡ ਕੇ ਨਿਸ਼ਾਵਰ ਹੋਣ ਵਾਸਤੇ ਦੇਸ਼ ਔਰ ਕੌਮ ਵਾਸਤੇ ਤਿਆਰ ਹੈ, ਸਿਰਫ ਉਹ ਲੋਕ ਸੰਸਥਾ ਬਣਾ ਸਕਦੇ ਹਨ। ਜੇ ਤੁਸੀਂ ਸੰਸਥਾ ਤਿਆਰ ਕੀਤੀ ਹੈ, ਇਹਦੇ ਵਿੱਚ ਇਹਨਾਂ ਦੋ ਮੁੱਦਿਆਂ ਦੇ ਉੱਤੇ ਅਗਰ ਤੁਸੀਂ ਕਾਮਯਾਬ ਪਹਿਰਾ ਦਿਓਗੇ ਤਾਂ ਕਾਮਯਾਬ ਹੋਵੋਗੇ, ਅਗਰ ਪਹਿਰਾ ਇੱਕ 'ਤੇ ਵੀ ਨਹੀਂ ਦਿੱਤਾ ਤਾਂ ਕਾਮਯਾਬੀ ਅੱਗੇ ਨਹੀਂ ਹੈ। ਇਹ ਜੋ ਪੁਸਤਕ ਹੈ, ਇਹ ਪੁਸਤਕ ਲਿਖਣ ਵਾਸਤੇ ਸਿਰਫ ਇੱਕ ਹੀ ਵੋਲੀਅਮ, 70th ਵੋਲੀਅਮ ਔਰ 18th ਵੋਲੀਅਮ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ, ਉਹਨਾਂ ਦਾ ਹੀ ਰੈਫਰੈਂਸ ਇਹਦੇ ਵਿੱਚ ਵਾਰ ਵਾਰ ਆਉਂਦਾ। ਉਹਦੇ ਵਿੱਚੋਂ ਹੀ ਉਹ ਹੱਥ ਪਾਇਆ ਜਿਹੜੀ ਚੀਜ਼ ਲੱਭੀ ਆ ਹਕੀਕਤ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਕਿਹਾ ਹੈ। ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਨੂੰ ਸਮਝਣ ਵਾਸਤੇ ਅਗਰ ਅਸੀਂ ਲਿਟਰੇਚਰ ਨੂੰ ਪੜ੍ਹਦੇ ਨਹੀਂ ਹਾਂ, ਕਿਉਂਕਿ ਜੋ ਲਿਟਰੇਚਰ ਦੇ ਜਾਣਕਾਰ ਹੈ, ਸੂਝਵਾਨ ਹੈ, ਉਹੀ ਇਹ ਜੋ 550 ਪੇਜ ਦੀ ਕਿਤਾਬ ਹੈ ਉਹਦੇ ਵਿੱਚੋਂ ਕੁਝ ਹੋਣਗੇ ਘੱਟ, ਉਹਨੂੰ ਕੰਸੋਲੀਡੇਟ ਕਰਕੇ 40-50 ਪੇਜਾਂ ਦੇ ਵਿੱਚ ਲਿਆ ਸਕਦੇ ਆ, ਔਰ ਕੁਝ ਐਸੇ ਹੋਣਗੇ ਉਹਨੂੰ ਇਲੈਬੋਰੇਟ ਕਰਕੇ 3-4 ਕਿਤਾਬਾਂ ਵੀ ਉਹਦੀਆਂ ਬਣਾ ਸਕਦੇ ਆ, ਤਾਂ ਕਿ ਹਕੀਕਤ ਲੋਕਾਂ ਤੱਕ ਜਾਏ। ਜਿੰਨੀ ਦੇਰ ਤੱਕ ਹਕੀਕਤ ਲੋਕਾਂ ਤੱਕ ਜਾ, ਫਿਰ ਅਸੀਂ ਕਹਿੰਦੇ ਹਾਂ ਅਸੀਂ ਕਿਤਾਬਾਂ ਲਿਖਤੀਆਂ, ਲੋਕ ਸਾਡੀਆਂ ਕਿਤਾਬਾਂ ਪੜ੍ਹਨ। ਲੋਕਾਂ ਨੇ ਨਹੀਂ ਪੜ੍ਹਨਾ, ਲੋਕਾਂ ਨੂੰ ਨਹੀਂ ਆਦਤ ਕਿਤਾਬਾਂ ਪੜ੍ਹਨ ਦੀ, ਸਾਨੂੰ ਉਹਦੇ ਘਰ ਘਰ ਜਾਣਾ ਪਏਗਾ, ਉਹਨੂੰ ਘਰ ਸੁੱਤੇ ਪਏ ਨੂੰ ਜਗਾਉਣਾ ਪਏਗਾ। ਔਰ ਜੇ ਸਮਾਜ ਦੇ ਵਿੱਚੋਂ ਗੰਦਗੀ ਦੂਰ ਕਰਨੀ ਹੈ ਤਾਂ ਗੰਦਗੀ ਦੇ ਢੇਰ 'ਤੇ ਜਾਣਾ ਪਏਗਾ, ਏਅਰ ਕੰਡੀਸ਼ਨ ਰੂਮ ਵਿੱਚ ਪੈ ਕੇ ਸਮਾਜ ਦੀ ਗੰਦਗੀ ਦੂਰ ਨਹੀਂ ਹੋਣੀ। ਇਸ ਵਾਸਤੇ ਅਗਰ ਅਸੀਂ ਤਿਆਰ ਹੁੰਦੇ ਹਾਂ, ਉਹ ਲੋਕ ਸੁੱਤੇ ਪਏ ਆ, ਸਮਾਜ ਸਾਡਾ ਸੁੱਤਾ ਪਿਆ, ਉਹਨੂੰ ਭੁੱਕੀ ਡੋਡੇ ਖਿਲਾ ਕੇ ਉਹ ਜਿਹੜਾ ਮਨੁਵਾਦ ਆ ਉਹ ਆਪਣੇ ਇੱਕ ਲਾਈਨ ਦੇ ਉੱਤੇ ਲਾਈ ਜਾ ਰਿਹਾ ਹੈ। ਜੇ ਉਹਨੂੰ ਜਾਗਰਤ ਕਰਨਾ ਹੈ, ਉਹਨੂੰ ਉਸ ਸਿਸਟਮ ਤੋਂ ਕੱਢ ਕੇ ਅਸਲੀ ਸਿਸਟਮ, ਜਿਸ ਥਾਂ ਦੇ ਉੱਤੇ ਅਸੀਂ ਹਕੀਕਤ ਖਾਲਸਾ ਰੂਪ ਤਿਆਰ ਕਰਕੇ ਲੋਕਾਂ ਦੇ ਵਿੱਚ ਦੇਣਾ ਹੈ, ਉਹਦੇ ਵਾਸਤੇ ਉਹਨਾਂ ਦੇ ਕੋਲ ਜਾਣਾ ਪਏਗਾ, ਆਪਣਾ ਘਰ ਬਾਰ ਛੱਡ ਕੇ ਮਿਹਨਤ ਕਰਕੇ ਉੱਥੇ ਤੱਕ। ਜਿੰਨੀ ਦੇਰ ਤੱਕ ਅਸੀਂ ਜਾਂਦੇ ਨਹੀਂ ਉੱਨੀ ਦੇਰ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ। ਇੰਨੀ ਗੱਲ ਕਰਦਾ ਮੈਂ ਆ ਤੁਹਾਡਾ ਸਭ ਦਾ ਧੰਨਵਾਦ ਕਰਦਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।